ਉਹ ਗੱਲਾਂ ਸੁਣਾ ਵੀ ਘੋਗੜ ਮਾਸੀ ਨੇ ਦੇਖੇ ਮੇਰਾ ਵੀ ਹੁਣੇ ਹੁਣੇ ਹੋਇਆ ਤੇਰੇ ਪੋਤੇ ਦਾ ਮੇਰੀ ਆ ਕੇ ਬੱਧੀ ਜਨ ਮੇਰੀ ਵੀ ਛੜਾ ਨੀ ਤੈਨੂੰ ਬਣਾ ਲੂ ਰਨ ਉਹ ਗੱਲ ਦੱਸਦਾ ਨਾ ਉਦੋਂ ਡਾਂਗ ਉੱਠ ਕਰਦੀ ਫਿਰ ਤਾਂ ਸਾਊ ਆ ਜੇ ਨਾ ਚੱਕਿਆ ਗਿਆ ਫਿਰ ਤਾਂ ਬਤਾਊਗੀ ਉਹ ਫਸ ਜਾਂਦਾ ਉਹ ਕੁੜੀਆਂ ਫਿਰ ਗੀਤ ਗਾਉਂਦੀਆਂ ਜੰਡੀ ਨਾਲ ਲਾੜਾ ਘੁੰਮਿਆ ਅਕਲ ਦਿਆ ਅੰਨਿਆ ਤੇਰੇ ਗੱਲ ਵਿੱਚ ਪੈਂਦੀ ਵੇਖ ਕੀ ਬਣਦਾ ਚੱਲਿਆ ਮਾਰੇ ਮਰਾਏ ਇੱਥੇ ਸੱਟੇ ਤਲਾ ਹੁੰਦਾ ਸੀ ਖੁੱਲੀ ਧਰਤੀ ਬਰਾਨ ਪਈ ਸੀਗੀ ਆਪਾਂ ਬੈਠੇ ਹਾਂ ਸਾਰੀ ਬਰਾਨ ਸੀ ਸਾਡੀ 12 ਕਿੱਲੇ ਦੀ ਨਹੀਂ ਸੀ ਤੇ ਉਹ ਚੱਕਰ ਪਹਿਲਾਂ ਤਾਂ ਟਿੱਬੇ ਹੁੰਦੇ ਸੀ ਹਾਂ ਤੇ ਗਿੱਦੜ ਬੋਲਿਆ ਕਰਨਾ ਰਾਤ ਨੂੰ ਮਾਸ ਖਾ ਖਾ ਬੰਦਿਆਂ ਦਾ ਗਿੱਦੜ ਗਿੱਦੜ ਹੁਣ ਕੋਈ ਗਿੱਦੜ ਵੇਖਿਆ ਤਿੱਤਰ ਬਟੇਰਾ ਵੇਖਿਆ ਤਾਂ ਦੇਖਣ ਨੂੰ ਹੈ ਤਿੱਤਰ ਬਟੇਰਾ ਵੇਖਿਆ ਤੁਸੀਂ ਹੈਂ ਸਹੇ ਹੁੰਦੇ ਸੀ ਉਹ ਤਾਂ ਕੋਈ ਕੋਈ ਹੋਵੇ ਤਾਂ ਹੋਵੇ ਨਹੀਂ ਉਹ ਵੀ ਹੈਨੀ ਗੇ ਗਿਰਜਾ ਹੁੰਦੀਆਂ ਸੀ ਅੱਡੀਆਂ ਧੌਣਾਂ ਵੱਡੀਆਂ ਉਹਨਾਂ ਨੇ ਖਾਧੇ ਉੱਥੋਂ ਆਉਂਦੀਆਂ ਗੇੜੇ ਲੋ ਟਿੱਟਾਂ ਡਿੱਗਦੀਆਂ ਇੱਲਾ ਹੁੰਦੀਆਂ ਸੀ ਘੋਗੜ ਹੁੰਦੇ ਸੀ ਮੇਰੇ ਟਾਈਮ 'ਚ ਨਾ ਤਾਂ ਘੋਗੜ ਆ ਹੁਣ ਘੋਗੜ ਤੁਹਾਨੂੰ ਪਤਾ ਕਿਹੋ ਜਿਹਾ ਸੀਗਾ ਦੇਖੇ ਨੀ ਕਾਂ ਡੋਟ ਕਿਹੋ ਜਿਹਾ ਸੀ ਕਾਂ ਦੇਖਿਆ ਇਕੱਲਾ ਕਾਂ ਦੇਖਿਆ ਕਾਂ ਵੇਖਿਆ ਡੋਡ ਨਿਕਾਂ ਇਹਨਾਂ ਦਾ ਗੁਰੂ ਸੀਗਾ ਕਾਂ ਦਾ ਉਹ ਸੀਗਾ ਕੁੱਕੜ ਜਿਹਾ ਕਾਂ ਡੋਡ ਉਹ ਅਸੀਂ ਹਾੜੀ ਹੂੜੀ ਵੇਚਦੇ ਉਹਦਾ ਮੁੰਡਾ ਖਿੱਚ ਕੇ ਲੋਟਦਾ ਮੂਝੇ ਕਰਕੇ ਪਾਣੀ ਡੋਲ ਜਾਂਦਾ ਬੀ ਖਰਾਰ ਜਾਂਦਾ ਹੈ ਕਾਂ ਡੋਡ ਘੋਗੜ ਜਾਂਡਰ 'ਤੇ ਬੈਠਾ ਰਹਿੰਦਾ ਭੁੱਖਾ ਜਾਇਆ ਗੰਦਗੀ ਖਾਂਦਾ ਕੱਲੀ ਇਲਾ ਮਾਸ ਕਰਦੀਆਂ ਗਿਰਜਾ ਡਾਲੀ ਆਉਂਦੀਆਂ ਪਸ਼ੂ ਨੂੰ ਮਿੰਟੋ ਮਿੱਟੀ ਵਿੱਚੇ ਕੁੱਤੇ ਭੱਜੇ ਫਿਰਦੇ ਉਹ ਨਾ ਛੱਡਦੀਆਂ ਸਭ ਲੈ ਜਾਂਦੀਆਂ ਕਿਸੇ ਇੱਲ ਹੈ ਨਹੀਂ ਗੀ ਵੱਡੀ ਗਿਰਜ ਨਾ ਇੱਲ ਹੈ ਇੱਲ ਛੋਟੀ ਥੋੜ੍ਹੀ ਛੋਟੀ ਸੀ ਘੋਗੜ ਗਈ ਇਹਨਾਂ ਨੂੰ ਵੀ ਕਹਿ ਜਿਹੜੇ ਦਿੰਦੇ ਆ ਕਿ ਜਿਹੜੇ ਤੈਨੂੰ ਦੇਖਣਗੇ ਵੀ ਇਹਨਾਂ ਨੂੰ ਜੇ ਕਿਸੇ ਨੇ ਆਹ ਜਾਨਵਰ ਦੇਖਿਆ ਤਾਂ ਕਮੈਂਟਾਂ 'ਚ ਜ਼ਰੂਰ ਕੋਈ ਮੈਨੂੰ ਦੱਸ ਦਿਓ ਕੋਈ ਜਾਨਵਰ ਵੇਖਿਆ ਤਾਂ ਮੈਨੂੰ ਪਤਾ ਦੱਸੋ ਵੀ ਘੋਗੜ ਵੇਖਿਆ ਜਾਂ ਕਾਂ ਡੋਡ ਵੇਖਿਆ ਇੱਲ ਵੇਖੀ ਆ ਜਾਂ ਤੁਸੀਂ ਗਿਰਜ ਵੇਖੀ ਆ ਨਹੀਂ ਵੇਖੀ ਅੱਛਾ ਤੱਤਰ ਵੇਖਿਆ ਬਟੇਰਾ ਸੀਗਾ ਉਹ ਵੇਖਿਆ ਫਿਰ ਬਟੇਟਰ ਸੀਗਾ ਬਟੇਟਰ ਵੇਖਿਆ ਨਹੀਂ ਵੇਖਿਆ ਨਹੀਂ ਦੇਖਿਆ ਉਹਨੇ ਜੇ ਕਿਸੇ ਨੇ ਦੇਖਿਆ ਤਾਂ ਕਮੈਂਟਾਂ 'ਚ ਦੱਸਿਓ ਹਾਂਜੀ ਅੱਛਾ ਹੋਰ ਦੱਸ ਕਿੱਥੋਂ ਦੀਆਂ ਪੁੱਛਣ ਹੋਰ ਤੂੰ ਮੈਨੂੰ ਬਾਪੂ ਉਹ ਗੱਲਾਂ ਸੁਣਾ ਵੀ ਘੋਗੜ ਮਾਸੀ ਨੇ ਦੇਖੇ ਬਾਪੂ ਹੁਣ ਤੁਸੀਂ ਮੈਨੂੰ ਤੁਹਾਡੇ ਟਾਈਮ ਦੇ ਵਿੱਚ ਜਦੋਂ ਵਿਆਹ ਹੁੰਦੇ ਸੀ ਮੇਰਾ ਵੀ ਹੁਣੇ ਹੁਣੇ ਹੋਇਆ ਤੇਰੇ ਪੋਤੇ ਦਾ ਵੀ ਜਦੋਂ ਤੁਹਾਡੇ ਟਾਈਮ ਦੇ ਵਿੱਚ ਵਿਆਹ ਹੁੰਦੇ ਸੀ ਬਰਾਤ ਜਾਂਦੀ ਸੀ ਉਦੋਂ ਦੇ ਟਾਈਮ ਦੀਆਂ ਕੁਛ ਗੱਲਾਂ ਵੀ ਉਦੋਂ ਦੇ ਟਾਈਮ ਸਾਡੇ ਕੋਲੇ ਉਦੋਂ ਗੱਡੀਆਂ ਗੁੱਡੀਆਂ ਹੈ ਨਹੀਂ ਸੀ ਰਾਸ ਹੁੰਦੇ ਇੱਕ ਅੱਗੇ ਸੀਟ ਜੀ ਹੁੰਦੀ ਦੋ ਤਿੰਨ ਬੰਦਿਆਂ ਦੀ ਇੱਕ ਮਗਰ ਹੁੰਦੀ ਸਿੱਧੇ ਬੋਦੇ ਜੀ ਕੱਢੇ ਗੱਦੇ ਉਹਨਾਂ ਦੇ ਵਿੱਚ ਵੱਧ ਜੁੜਦੇ ਚਾਰ ਪਹੀਏ ਹੁੰਦੇ ਰਾਸ ਦੇ ਇੱਕ ਗੱਡੀ ਹੁੰਦੀ ਉਹਦੇ ਦੋ ਜਿਹੜਾ ਰਾਸ ਹੁੰਦਾ ਸੀ
ਅਸੀਂ ਉਹਦੇ ਵਿਵਿਆਂਦਰ ਮੁੰਡਾ ਪਹਿਲਾਂ ਅਤੇ ਲਾਸਟ ਲੜਕੀ ਪਾ ਕੇ ਲਿਆਉਂਦੇ ਅਤੇ ਜਿਹੜੀ ਗੱਡੀ ਹੁੰਦੀ ਸੀ ਉਹਦੇ 'ਚ ਵਿਚੋਲੇ ਵਿਚਾਲੇ ਸਾਰੇ ਉਹਦੇ ਦਿੰਦੇ। ਦੂਜੀ ਜਨ ਹੁੰਦੀ ਕੋਈ ਕੱਟ ਲਿਆ ਜਾਂਦਾ ਕੋਈ ਜਾਂ ਘੋੜੀ ਹੁੰਦੀ ਜਾਂ ਉੱਠ ਉੱਠਦੀ ਕਾਠੀ ਹੁੰਦੀ ਫਿਰ ਐਂ ਕਲਿਆਰ ਹੁੰਦੀ ਅਗਲੇ ਪਾਸੋਂ ਕੀ ਹੁੰਦੀ ਅਗਲੇ ਪਾਸੋਂ ਹੁੰਦੀ ਕਈ ਬੁੜੀਆਂ ਡਿੱਗ ਪੈਂਦੀਆਂ ਸੀ ਕਦੋਂ ਉੱਠ ਨੂੰ ਖੜਾ ਕਰਦੇ ਉਹਨੇ ਅੱਗਾ ਚੱਕ ਕੇ ਮਗਲੇ ਪਾਸੇ ਡਿੱਗ ਪੈਣਾ ਉੱਚਾ ਜੇ ਹੁੰਦਾ ਸੀ ਉੱਥੇ ਉਹ ਕਾਠੀ ਹੈ ਧਰਮੀ ਹੁੰਦੀ ਸੋਹਣੀ ਲੱਗੀ ਚੰਗੀ ਅਸੀਂ ਜ਼ਿਆਦਾ ਚਟਹੀ ਜਾਂ ਚੰਗਾ ਖੇਸ ਰੱਖਣਾ ਡੱਬ ਖੜੱਬਾ ਸੋਹਣਾ ਉਹ ਕਾਠੀ ਦੇ ਉੱਤੇ ਪਾ ਕੇ ਇੱਧਰੋਂ ਰੱਸੀ ਖਿੱਚੀ ਇਸ ਤਰ੍ਹਾਂ ਲਿਆਉਂਦੀ ਇੱਥੋਂ ਖਿੱਚ ਕੇ ਮਗਲੇ ਪਾਸੇ ਬੰਨਣ ਅਤੇ ਉਹ ਫਿਰ ਐਂ ਪੱਧਰ ਰਹਿੰਦੀ ਉਹ ਪੱਧਰ ਰਹਿੰਦੀ ਸਾਨੂੰ ਕਦੋਂ ਜਲਦੀ ਬਰਾਤ ਅਤੇ ਮੂਹਰੇ ਪਚੈਦ ਖੜ੍ਹੀ ਹੁੰਦੀ ਪਚੈਦ ਖੜ੍ਹੀ ਹੁੰਦੀ ਸੀ ਸਾਨੂੰ ਸਾਰਿਆਂ ਨੂੰ ਫਤਿਹ ਬੁਲਾ ਕੇ ਅਤੇ ਉਹ ਤਾਰਿਆ ਚ ਡੋਡੀ ਵਾਰ ਦਿੰਦੇ ਅਤੇ ਤਿੰਨ ਦਿਨ ਬਰਾਤ ਰਹਿੰਦੀ ਅਤੇ ਜੇ ਰੋਟੀ ਖੋਲ੍ਹਦੇ ਖਾਣਾ ਘਰ ਦਿੰਦੇ ਜਿਹੜੇ ਤੂੰ ਯਾਰ ਮੇਰੀ ਕਰਦੇ ਸੀ ਉਹਨਾਂ ਨੂੰ ਵੱਡੀ ਬਰਾਤ ਦਿੰਦੇ ਸਵੇਰੇ ਕੀ ਕਹਿੰਦੇ ਦੇਸੀ ਘਿਓ ਅਤੇ ਜਿਵੇਂ ਪਿੰਡ ਹੋਰ ਚੀਜ਼ ਜ਼ਰੂਰ ਤੁਸੀਂ ਜ਼ਰੂਰ ਲੋਕ ਅੱਛਾ ਕਿੰਨਾ ਨੂੰ ਲੈ ਕੇ ਜਾਂਦਾ ਗੱਲ ਹੀ ਗੁਆਤੀ ਕਦੋਂ ਅਸੀਂ ਉੱਠਾਂ ਦੇ ਕਾਠੀਆਂ ਪਾਉਂਦੇ ਅਤੇ ਅੱਗੋਂ ਐਂ ਕਢਾ ਦਿੰਦੇ ਤਿੱਖੀ ਚੁੰਝ ਅਤੇ ਖੜ ਖੜ ਵਿਹਲੀਆਂ ਕੁੜੀਆਂ ਕਰਦੀਆਂ ਫਿਰ ਜਾਂਦੇ ਨੇ ਉਹਦੇ ਘਰੇ ਕਦੋਂ ਉਹ ਫਿਰ ਰੋਟੀ ਖਾਂਦਿਆਂ ਦੀ ਜਨ ਬਣਦੀਆਂ ਪਹਿਲਾਂ ਵਹਿ ਤੋਂ ਕਰਦੀਆਂ ਜਨ ਬਣਦੀਆਂ ਫਿਰ ਜਾਂਦਾ ਗੱਭਰੂ ਉੱਠਦਾ ਉਹ ਛੜਾਉਂਦਾ ਮੇਰੀ ਆ ਕਿ ਬੰਦੀ ਜਨ ਮੇਰੀ ਵੀ ਛੜਾ ਨਹੀਂ ਤੈਨੂੰ ਬਣਾ ਲੂ ਰੰਨ ਕਦੋਂ ਆਹ ਗੱਲ ਆਖਦਾ ਨਾ ਉਦੋਂ ਡਾਂਗ ਉੱਠ ਖੜਦੀ ਹੈ ਉਹਦੇ ਭਰਾ ਭਰੂ ਦੇ ਹੋਰ ਪੈ ਜਾਂਦੇ ਵੀ ਇਹ ਗੱਲ ਕੀ ਆਖੀ ਉਹ ਆਹਦਾ ਬੰਦੀ ਇਹਨੇ ਸੀ ਮੈਂ ਛੜਾਈ ਆ ਆ ਬੰਦ ਛੜਾਈ ਪਈ ਹੈ ਤੈਨੂੰ ਬਣਾ ਲੂ ਹੁਣ ਰੰਨ ਅਤੇ ਉੱਥੋਂ ਡਾਂਗ ਉੱਠ ਕਰਦੀ ਕਈ ਤਾਂ ਭੁੱਖੇ ਆਉਂਦੇ ਭੱਜੇ ਅਤੇ ਕਈ ਭਾਈ ਪਹਿਲਾਂ ਪਹਿਲਾਂ ਬੁੜੇ ਬਾੜੇ ਦਾ ਲੱਡੂ ਲੁੱਡੂ ਖਾ ਕੇ ਅਤੇ ਆ ਜਾਂਦੇ ਉਹ ਫਿਰ ਸਾਨੂੰ ਤਾਰਿਆਂ 'ਚ ਦੁੱਧ ਲਿਆਉਂਦੇ ਬਾਲਟੀਆਂ ਭਰੀਆਂ ਹੁੰਦੀਆਂ ਅਤੇ ਪਿਆਉਂਦੇ ਸਾਰਿਆਂ ਨੂੰ ਠਾ ਠਾ ਦੁੱਧ ਪੀ ਲੈਂਦੇ ਕਈ ਬੁੜੇ ਇਹੋ ਜਿਹੇ ਸੀ ਵੀ ਜਵਾਕਾਂ ਨੂੰ ਨਾ ਠਾਓ ਇੱਥੇ ਧਰ ਜਾਓ ਬਾਲਟੀਆਂ ਅਤੇ ਆਪ ਹੀ ਰਾਤ ਨੂੰ ਪੀ ਜਾਂਦੇ ਇੰਨਾ ਦੁੱਧ ਪਚਾਉਂਦੇ ਸੀ ਅਤੇ ਉਹ ਪੀ ਲੈਂਦੇ ਸਾਰਾ ਕੁਛ ਫਿਰ ਸਾਨੂੰ ਧਰ ਕੇ ਆਨੰਦ ਹੋ ਜਾਂਦੇ ਜਦੋਂ ਉਦੋਂ ਕੁੜੀਆਂ ਇਕੱਠੀਆਂ ਪ੍ਰਾਹੁਣੇ ਨੂੰ ਸੱਦ ਲੈਂਦੀਆਂ ਚਾਰ ਕੁ ਦੇ ਨਾਲ ਮੁੰਡੇ ਹੋਰ ਯਾਰ ਦੋਸਤ ਜਾਂਦੇ ਉਹ ਫਿਰ ਛੋਟੀ ਜਿਹੀ ਸਾਰੀ ਹੁੰਦੀ ਸੀਗੀ ਕਾਸੀ ਦੀ ਅਤੇ ਕਾਸੀ ਦਾ ਹੀ ਛੰਨਾ ਹੁੰਦਾ ਹੈ ਪੂਰਾ ਤੇਲ ਚੱਪਾ ਲਾ ਕੇ ਅਤੇ ਉਹਨੂੰ ਐ ਮੁੱਦਾ ਮਾਰ ਦਿੰਦੇ ਉਹਦੇ ਬੀਜੀ ਨਾਲ ਉਲਟੀ ਥਾਲੀ ਹੁੰਦੀ ਉਡਾ ਉਹ ਮੁੱਦਾ ਮਾਰਿਆ ਉਹਦਾ ਹੱਥ ਕਿਹੜੇ ਪਾਸੇ ਆ ਸਾਊ ਤੈਨੂੰ ਆ ਚੱਕਣਾ ਪਊਗਾ ਛੱਡਣਾ ਫਿਰ ਤਾਂ ਸਾਊ ਆ ਜੇ ਨਾ ਚੱਕਿਆ ਗਿਆ ਫਿਰ ਤਾਂ ਬਤਾਊ ਨਹੀਂ ਉਹ ਫਸ ਜਾਂਦਾ
ਉਹ ਫਿਰ ਵੇਲਾ ਐਂ ਕਰਕੇ ਉਹ ਪਿੱਛੇ ਪਵੇ ਤੇ ਕਦੋਂ ਐਂ ਚੱਕਦਾ ਸੀ ਉਹ ਤਿਲਕ ਜਾਂਦੀਆਂ ਸੀ ਉਹ ਫਿਰ ਕਰਦਾ ਉਹ ਲੋਕ ਕਰੀ ਜਾਂਦੇ ਫਿਰ ਚੱਕ ਕੇ ਸਾਰਾ ਕੁਛ ਮਾਰਦਾ ਉਹਨਾਂ ਦੇ ਉੱਤੇ ਆਖੋ ਵੀ ਮਨਸਰ ਦਾ ਏਦਾਂ ਕੰਮ ਹੋਊਗਾ ਫਿਰ ਉਹ ਚੱਕਦੇ ਉਹ ਚੱਕਦੀਆਂ ਵਿਚਾਰੀਆਂ ਫਿਰ ਬਹਿੰਦੀਆਂ ਲਾਉਂਦੀਆਂ ਉਹ ਫਿਰ ਵਿਹਾਰ ਕਰਨ ਲੱਗ ਗਏ ਮਾਈ ਜੀ ਨੇ ਸਾਰੇ ਫਿਰ ਇਹਨਾਂ ਨੇ ਆਖਿਆ ਵੀ ਹੁਣ ਪੁੰਜੇ ਰੋਟੀ ਖਾਂਦੇ ਨਾ ਪੁੰਜੇ ਖੱਦਰ ਹੁੰਦਾ ਸੀ ਸਮਝੇ ਉਦੋਂ ਆਹ ਮੁੱਲ ਦੇ ਲੀੜੇ ਜਿਹੜੇ ਹੁਣ ਪਾਈ ਆ 370 ਦਾ ਪੱਗ ਹੁੰਦੀ ਉਹ ਆ ਜੀ ਚਿੱਠੀ ਉਹਦੇ ਉੱਤੇ ਲਿਖਿਆ ਹੁੰਦਾ ਉਹ ਜਾਂ ਚਿੱਠੀ ਪੱਗ ਬਣਦਾ ਉਹ ਪ੍ਰਾਹੁਣੇ ਦੇ ਜੱਡੀਆਂ ਦੇ ਨਾਲ ਸਾਨੂੰ ਜੱਡਣਾ ਘੁਮਾਉਂਦੇ ਕਿ ਉਹ ਕੁੜੀਆਂ ਫਿਰ ਗੀਤ ਗਾਉਂਦੀਆਂ ਜੰਡੀ ਨਾਲ ਲਾੜਾ ਘੁੰਮਿਆ ਅਕਲਦਿਆਂ ਅੰਨਿਆ ਤੇਰੇ ਗੱਲ ਵਿੱਚ ਪੈਂਦੀ ਵੇਖ ਵੇ ਅਕਲਦਿਆਂ ਨੇ ਸਿੱਧਾ ਹੋ ਜਾ ਜੇ ਬਚਣਾ ਤਾਂ ਨਿਕਲ ਜਾ ਉਹ ਨਿਕਲਣਾ ਕਿਧਰ ਹੁੰਦਾ ਉਹ ਗੇੜੇ ਆਪਦੇ ਗੀਤ ਗੱਪੇ ਗਾਈ ਜਾਂਦੀਆਂ 7-8 ਗੇੜੇ ਜੱਡ ਦੇ ਲਾਮੀ ਲੱਗੇ ਨਾਲੇ ਸਫ਼ਾ ਜੱਗ ਹੁੰਦਾ ਉਹਦੇ ਮਾਰਦਾ ਮਾੜੇ ਮਾੜੇ ਜੰਡ ਨੇ ਹੁਣ ਕੋਈ ਜੰਡ ਕੋਈ ਜਰਦਾ ਬਾਬੇ ਦਾ ਮੱਥਾ ਟੇਕਦੇ ਗੁਰਦੁਆਰੇ ਤੇ ਫਿਰ ਉੱਠਾਂ 'ਤੇ ਬਈ ਜਾਂਦੇ ਉੱਠਾਂ 'ਤੇ ਲੈ ਕੇ ਆਉਂਦੇ ਸਵਾਰੀ ਰਸਾਂ 'ਤੇ ਲੈ ਕੇ ਆਉਂਦੇ ਤਾਰੇ ਮੀਚ ਤਾਂ ਜ਼ਰੂਰ ਸੀ ਦੇਸੀ ਘਿਓ ਦੇ ਲੱਡੂ ਅਤੇ ਇਹ ਹੁੰਦੇ ਸੀ ਜਿਹੜੇ ਬੜੀਆਂ ਜਿੰਨੀਆਂ ਸਰਾਂ ਖਾ ਲਓ ਅਤੇ ਆਹ ਦਾਲ ਨਾ ਘਿਓ ਹੈ ਨਹੀਂ ਸਾਡੇ ਨਾ ਸੀ ਕੱਪੜਾ ਦੂਜਾ ਇਹ ਖੱਦਰ ਹੁੰਦਾ ਇੱਕ ਹੀ ਇੱਕ ਦੂਜੇ ਦੀ ਜਾਂਦਾ ਕੋਈ ਮਸਾਂ ਬਣਾਉਂਦਾ ਚੋਰੀ ਚੱਪੇ ਨਾਲ ਲਿਆ ਕੇ ਉਹਦੇ ਮੰਗ ਕੇ ਲਿਜਾਂਦਾ ਜੋੜੇ ਵੀ ਮੰਗ ਕੇ ਲਿਜਾਂਦੇ ਮੇਚਾਰੇ ਵੀ ਫਲਾਣੇ ਦੇ ਪਾਏ ਵੇਖੇ ਸੋ ਧੁੱਪ ਲੈਂਦੇ ਹਾਂ ਇੰਨੇ ਚੱਕੇ ਸੀ ਚਾਂਦੀ ਦੇ ਰੁਪਈਏ ਹੁੰਦੇ ਸੀ ਅਤੇ ਦੁਆਨੀਆਂ ਚੁਆਨੀਆਂ ਅਤੇ ਜਾਂ ਡੱਬਰੀ ਪੈਸਾ ਜਾਂ ਫਿਰ ਮੋਜਲੀ ਚੱਲ ਮੋਜਲੀ ਬਾਪੂ ਦਾ ਦਮ ਚੜ੍ਹਨ ਲੱਗ ਗਿਆ ਬਾਕੀ ਗੱਲਾਂ ਕਦੇ ਕਿਸੇ ਫੇਰ ਬਲੌਗ ਦੇ ਵਿੱਚ ਤੁਹਾਨੂੰ ਸੁਣਾਵਾਂਗੇ ਅਤੇ ਇਹ ਸੀ ਆਪਣਾ ਅੱਜ ਦਾ ਬਲੌਗ ਅਤੇ ਇੱਕ ਬਾਪੂ ਨੇ ਜਿਹੜਾ ਵਿੱਚ ਕੁਐਸਚਨ ਪੁੱਛਿਆ ਸੀ ਵੀ ਉਹ ਜਾਨਵਰ ਕਿਸੇ ਨੇ ਦੇਖਿਆ ਤਾਂ ਦੱਸਿਓ ਉਹ ਕਮੈਂਟਾਂ 'ਚ ਤੁਸੀਂ ਦੱਸਿਓ ਜੇ ਤੁਹਾਡੇ 'ਚੋਂ ਕਿਸੇ ਨੇ ਦੇਖਿਆ ਜਾਂ ਤੁਹਾਡੇ ਕਿਸੇ ਫੈਮਿਲੀ ਮੈਂਬਰ ਨੇ ਤੁਹਾਡੇ ਬਜ਼ੁਰਗਾਂ ਨੇ ਕਿਸੇ ਨੇ ਦੇਖਿਆ ਅਤੇ ਕਿਵੇਂ ਲੱਗੀਆਂ ਬਾਪੂ ਦੀਆਂ ਗੱਲਾਂ ਉਹ ਵੀ ਦੱਸਿਓ ਜੇ ਹੋਰ ਸੁਣਨਾ ਚਾਹੁੰਦੇ ਹੋ ਤਾਂ ਉਹ ਵੀ ਦੱਸਿਓ ਫਿਰ ਆਪਾਂ ਇੱਕ ਬਲੌਗ ਹੋਰ ਬਣਾਵਾਂਗੇ ਬਾਪੂ ਜੀ ਨਾਲ ਅਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਨਾ ਹੀ ਕਹਿਣਾ ਸੀ ਸਤਿ ਸ਼੍ਰੀ ਅਕਾਲ।